ਵੀ ਜੇ ਨੇਰੀ ਚੱਲ ਪਈ ਜਾਂ ਤੂਫਾਨ ਚੱਲ ਪਿਆ ਜਿਹੜੇ ਪੈੜਾਂ ਦੇ ਉੱਤੇ ਆਪਾਂ ਆਏ ਆ ਤੇ ਇਹ ਪੈੜਾਂ ਮਿਟ ਗਈਆਂ ਤਾਂ ਵਾਪਸ ਮੁੜਨ ਵਾਲਾ ਕੰਮ ਬੜਾ ਔਖਾ। ਇਹ ਗੁਰਦੁਆਰਾ ਸਾਹਿਬ ਰੇਗਿਸਤਾਨ ਦੇ ਵਿੱਚੋਂ ਵਿੱਚ ਬਣਿਆ ਹੋਇਆ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਨਾਨਕ ਟਿੱਲਾ ਸਾਹਿਬ ਦੇ। ਤੇ ਹੁਣ ਚੱਲੇ ਆ ਜੀ ਆਪਾਂ ਗੁਰਦੁਆਰਾ ਨਾਨਕ ਟਿੱਲਾ ਸਾਹਿਬ ਤੇ ਇਹ ਆ ਜੀ ਇੱਥੋਂ ਦਾ ਮਾਹੌਲ। ਰੇਤ ਹੀ ਰੇਤ ਆ, ਮੋਟਰਸਾਈਕਲ ਤਿਲਕੀ ਜਾਂਦਾ। ਆਪਣੇ ਮੂਹਰੇ ਗੱਡੀ ਗਈ ਹੈ ਇੱਕ ਬਾਬਿਆਂ ਦੀ ਤੇ ਉਹਨਾਂ ਨੇ ਕਿਹਾ ਸਾਡੇ ਪਿੱਛੇ ਪਿੱਛੇ ਆਈ ਜਾਇਓ ਤੇ ਸਿੱਧਾ ਹੀ ਰਾਹ। ਤੇ ਇਹ ਆ ਜੀ ਗੁਰਦੁਆਰਾ ਨਾਨਕ ਟਿੱਲਾ ਸਾਹਿਬ ਦਾ ਜਿਹੜਾ ਰਾਹ ਜਾਂਦਾ ਜੀ ਸਾਹਵਾ, ਜਿੱਥੇ ਆਪਾਂ ਰਾਤ ਕੱਟਾਂਗੇ ਹੁਣ ਉੱਥੋਂ 6 ਕਿਲੋਮੀਟਰ ਦੀ ਦੂਰੀ 'ਤੇ ਆ ਜੀ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਯਾਦ ਦੇ ਵਿੱਚ ਅਤੇ ਉਹਨਾਂ ਦੇ ਨਾਲ ਇਤਿਹਾਸ ਸੰਬੰਧਿਤ ਆ ਉੱਥੇ ਗੁਰਦੁਆਰਾ ਸਾਹਿਬ ਇਹ ਜਿਹੜਾ ਹੈਗਾ ਬਣਿਆ ਹੋਇਆ। ਅਤੇ ਸਾਰਾ ਰਾਹ ਕੱਚਾ, ਮੋਟਰਸਾਈਕਲ ਤਿਲਕਦਾ ਅਤੇ ਅਸੀਂ ਅਲੱਗ ਅਲੱਗ ਲੈ ਕੇ ਆ ਗਏ, ਮੈਂ ਅਤੇ ਸੁੱਖੀ। ਇੱਕ ਤਾਂ ਆਉਂਦੇ ਤਾਂ ਸ਼ਾਇਦ ਜ਼ਿਆਦਾ ਤਿਲਕਦਾ, ਪਰ ਅੱਜ ਥੋੜ੍ਹਾ ਜਿਹਾ ਮੀਂਹ ਕਰਕੇ ਕਹਿੰਦੇ ਫਰਕ ਵੀ ਆ, ਪਰ ਪਿੱਛੇ ਤਾਂ ਕੋਈ ਜ਼ਿਆਦਾ ਤਿਲਕਦਾ ਸੀ ਮੋਟਰਸਾਈਕਲ। ਅਤੇ 6 ਕਿਲੋਮੀਟਰ ਦਾ ਸਫ਼ਰ 12 ਕਿਲੋਮੀਟਰ ਦੇ ਬਰਾਬਰ ਸ਼ਾਇਦ ਪੈ ਜੇ। ਅਤੇ ਆਪਾਂ ਚੱਲਦੇ ਹੁਣ ਇੱਥੋਂ ਹੌਲੀ ਹੌਲੀ, ਇੱਕ ਵਾਰੀ ਪਹੁੰਚੀਏ। ਸਾਹਮਣੇ ਆਉਂਦਾ ਜੀ ਰੇਗਿਸਤਾਨ ਦਾ ਜਹਾਜ਼ ਬੋਤਾ। ਓਏ ਹੋਏ 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 ਹੋਏ, ਮੀਂਹ ਕਰਕੇ ਮਾੜਾ ਜਿਹਾ ਫਰਕ ਆ, ਪਰ ਮੈਨੂੰ ਲੱਗਦਾ ਵੀ ਗਲਤ ਪੰਗਾ ਲੈ ਲਿਆ। ਚੱਲਦੇ ਆਪਾਂ ਹੌਲੀ ਹੌਲੀ। ਅਤੇ ਇੱਕ ਗੱਲ ਹੋਰ, ਊਂ ਤਾਂ ਮਾਹੌਲ ਸੋਹਣਾ ਇੱਥੋਂ ਦਾ, ਵਧੀਆ ਰੇਤਾ ਰੂਤਾ ਜਿਹਾ ਹੈ ਨਾ, ਆਲੇ ਦੁਆਲੇ ਸੁੰਨ ਸਰਾਂ ਪਈ ਆ, ਪਰ ਇਹ ਹਨੇਰੇ ਸਵੇਰੇ ਵਾਲਾ ਸਫ਼ਰ ਨਹੀਂ ਹੈਗਾ। ਅਤੇ ਫਿਲਹਾਲ ਤਾਂ 6:15 ਹੋਏ ਨੇ, ਆਪਣੇ ਮੂਹਰੇ ਮੂਹਰੇ ਗੱਡੀ ਗਈ ਹੋਈ ਆ, ਆਪਾਂ ਆਉਂਦੇ ਹੋ ਉਹਨਾਂ ਦੇ ਨਾਲ ਹੀ ਮਗਰ ਮਗਰ ਆ ਜਾਵਾਂਗੇ, ਕਿਉਂਕਿ ਗੱਡੀ ਫਿਰ ਕਿਹੜਾ ਤਿਲਕਦੀ ਆ, ਮੋਟਰਸਾਈਕਲ ਤਾਂ ਤਿਲਕਦਾ, ਤਾਂ ਕਰਕੇ ਆਪਾਂ ਉਹ ਤੋਂ ਮਗਰ ਰਹਿ ਗਏ ਥੋੜ੍ਹਾ ਜਿਹਾ। ਅਤੇ ਆਪਾਂ ਦਰਸ਼ਨ ਮੇਲਾ ਕਰਕੇ ਅਤੇ 7 ਵਜੇ ਤੱਕ ਆਪਾਂ ਵਾਪਸ ਕਰ ਲਾਂਗੇ ਉੱਥੋਂ। 7 ਵਜੇ ਦਾ ਦਿਨ ਖੜ੍ਹਾ ਹੀ ਹੁੰਦਾ, ਨਾਲੇ ਇਹਦਾ ਰੇਗਿਸਤਾਨ ਆ ਆਲੇ ਦੁਆਲੇ, ਛੇਤੀ ਇੱਥੇ ਮਤਲਬ ਰਾਤ ਨਹੀਂ ਪੈਂਦੀ। ਆਪਾਂ ਇੱਥੋਂ ਚੱਲਦੇ ਹਾਂ ਸਿੱਧਾ, ਮਤਲਬ 2-3 ਕਿਲੋਮੀਟਰ ਆਪਾਂ ਕੱਢ ਲਿਆ ਅਤੇ 2-3 ਕਿਲੋਮੀਟਰ ਹੀ ਰਹਿ ਗਿਆ। ਠੀਕ ਆ ਜੀ, ਗੁਰਦੁਆਰਾ ਨਾਨਕ ਟਿੱਲਾ ਸਾਹਿਬ। ਇੱਕ ਚੀਜ਼ ਮੈਂ ਹੋਰ ਦੱਸਦਾ ਕਿ ਤੁਸੀਂ ਲੋਕੇਸ਼ਨ ਨਾ ਲਾਇਓ, ਕਿਉਂਕਿ ਲੋਕੇਸ਼ਨ ਦੇ ਨਾਲ ਅਸੀਂ ਮੱਥਾ ਮੁੱਥਾ ਮਾਰ ਕੇ ਦੇਖ ਲਿਆ, ਲੱਭਦੀ ਨਹੀਂ ਹੈਗੀ। ਤੁਸੀਂ ਗੁਰਦੁਆਰੇ ਸਾਹਿਬ ਵਾਲੇ ਜਿਹੜੇ ਬਾਬਾ ਜੀ ਨੇ ਉਹਨਾਂ ਤੋਂ ਪੁੱਛ ਕੇ ਆ ਸਕਦੇ ਹੋ, ਨਹੀਂ ਫਿਰ ਮੈਂ ਦੱਸ ਦੂੰਗਾ ਕਿ ਵੀ ਕਿੱਧਰ ਦੀ ਆਉਣਾ। ਗੁਰਦੁਆਰਾ ਸਾਹਿਬ ਦੇ ਨਾਲ ਨਾਲ ਗਲੀ ਮੁੜਦੀ ਆ, ਨਾਲ ਨਾਲ ਕੰਧ ਦੇ ਨਾਲ ਨਾਲ ਤੁਸੀਂ ਘੁੰਮ ਜਾਣਾ, ਜਿਹੜਾ ਗੁਰਦੁਆਰਾ ਸਾਹਿਬ ਦੀ ਸਰਾਂ ਉਹਦੇ ਨਾਲ ਕੰਧ ਦੇ ਨਾਲ ਨਾਲ ਘੁੰਮ ਜਿਓ, ਉਦੋਂ ਬਾਅਦ ਸਿੱਧਾ ਹੀ ਜਾਣਾ, ਆਪਣੇ ਆਪ ਤੁਹਾਨੂੰ ਸਿੱਧਾ ਲੈ ਕੇ ਜਾਊਗੀ, ਕੱਚੇ ਸੜਕ 'ਤੇ ਚੜ੍ਹ ਜੂਗੀ। ਅਤੇ ਫਿਰ ਉਦੋਂ ਬਾਅਦ ਤੁਸੀਂ ਆਪਦਾ ਉੱਥੋਂ ਗੁਰਦੁਆਰੇ ਵੱਲ ਨੂੰ ਚਾਲੇ ਪਾ ਸਕਦੇ ਹੋ। ਹੁਣ ਬੋਤਾ ਆ ਗਿਆ, ਆਪਾਂ ਨੂੰ ਰਾਹ ਦੇਣਾ ਪੈਂਦਾ ਇਹਨੂੰ। ਅਤੇ ਇਹ ਬੋਤਿਆਂ ਦੇ ਟਾਇਰਾਂ ਦਾ, ਗੱਡੇ ਦੇ ਜਿਹੜੇ ਟਾਇਰ ਨੇ ਨਾ, ਟਾਇਰਾਂ ਦਾ ਬੜਾ ਫਰਕ ਹੈ ਇਹਨਾਂ ਦਾ, ਬੜੇ ਚੌੜੇ ਚੌੜੇ ਟਾਇਰ ਨੇ, ਹੁੱਕਾ ਹਾਕਾ ਪੱਕੇ ਰੱਖਿਆ ਹੁੰਦਾ ਇਹਨਾਂ ਦਾ ਜਗਾੜ ਜਾ ਇਹਦੇ ਉੱਤੇ ਪੀਣ ਕਰਨ ਨੂੰ। ਰੇਗਿਸਤਾਨ ਆ, ਪਾਣੀ ਮਿਲੇ ਨਾ ਮਿਲੇ, ਜੇ ਹੁੱਕਾ ਨਾ ਪੀਣ ਤਾਂ ਫਿਰ ਗਲਾ ਸੁੱਕ ਜਾਂਦਾ ਮੈਨੂੰ ਲੱਗਦਾ। ਅਤੇ ਇੱਥੋਂ ਆਪਾਂ ਹੁਣ ਚੱਲਦੇ ਹਾਂ ਸਹਿਜੇ ਸਹਿਜੇ, ਅਤੇ ਬਾਕੀ ਦਰਸ਼ਨ ਮੇਲਾ ਤੁਹਾਨੂੰ ਉੱਥੇ ਆਪਾਂ ਗੁਰਦੁਆਰਾ ਨਾਨਕ ਟਿੱਲਾ ਸਾਹਿਬ ਪਹੁੰਚ ਕੇ ਕਰਵਾਉਣੇ ਆ ਜੀ। ਸਾਹਵਾ ਦੇ ਵਿੱਚ ਆ, 6 ਕਿਲੋਮੀਟਰ ਦੂਰ ਆ ਥੋੜ੍ਹਾ ਜਿਹਾ ਇੱਥੇ ਦਾ ਰਾਹ, ਐਵੇਂ ਦਾ ਮਾਹੌਲ ਆ ਇੱਥੇ। ਅਤੇ ਜਿੱਥੋਂ ਜਿੱਥੋਂ ਗੱਡੀ ਲੰਘੀ ਹੋਈ ਆ, ਬਸ ਉਹੀ ਉਹੀ ਪੈਡ 'ਤੇ ਆਪਾਂ ਚੱਲੇ ਹਾਂ। ਅਤੇ ਰਾਹ ਦੇ ਵਿੱਚ ਕੋਈ ਮੋਟਰਸਾਈਕਲ ਤਾਂ ਹੋਰ ਆ ਨਹੀਂ ਰਿਹਾ, ਆਪਣਾ ਹੀ ਮੋਟਰਸਾਈਕਲ ਆ, ਜਾਂ ਤਾਂ ਫਿਰ ਸਾਰੇ ਇੱਥੇ ਉੱਠ ਜਿਹੜੇ ਹੈਗੇ ਨੇ ਗੱਡੇ ਬੰਨੇ ਹੋਏ ਨੇ ਬੋਤਿਆਂ ਦੇ ਨਾਲ, ਉਹੀ ਆ ਰਹੇ ਨੇ। ਸਾਹਮਣੇ ਸੂਰਜ ਪੂਰਾ ਹਜੇ ਚੜ੍ਹਿਆ ਹੋਇਆ, ਟਾਈਮ ਚਾਹੇ 6:25 ਹੋ ਗਏ। ਠੀਕ ਆ, ਬਾਕੀ ਆਪਾਂ ਫਿਰ ਗੁਰਦੁਆਰਾ ਸਾਹਿਬ ਪਹੁੰਚ ਕੇ ਹੱਥ ਮੂੰਹ ਧੋ ਕੇ ਤੁਹਾਨੂੰ ਦਰਸ਼ਨ ਮੇਲਾ ਕਰਵਾਉਣੇ ਆ। ਆਉਂਦਾ ਜੀ ਰੇਗਿਸਤਾਨ ਦਾ ਇੱਕ ਹੋਰ ਜਹਾਜ਼, ਆ ਟਾਇਰ ਫੇਰ ਇਹਨਾਂ ਦੇ ਐਂ ਆ ਮਾਹੌਲ ਜਿਹਾ ਇੱਥੇ, ਬਸ ਛੋਲਿਆਂ ਦੀ ਖੇਤੀ ਹੁੰਦੀ ਆ, ਛੋਲੇ ਛੋਲੇ ਵਧੀਆ ਮਿਲਦੇ ਨੇ। ਆਪਾਂ ਪਿੰਡੋਂ ਪਹਿਲਾਂ ਛੋਲੇ ਲੈ ਕੇ ਆਉਣੇ ਸੀ, ਉਹ ਆਪਾਂ ਲਏ ਨਹੀਂ, ਹੁਣ ਇੱਥੋਂ ਆਪਾਂ ਰਾਜਸਥਾਨੀ ਛੋਲੇ ਲੈ ਲੈਣ ਨੇ। ਬਰੀਕ ਹੁੰਦੇ ਨੇ ਆਪਣੇ ਵਾਲੇ ਛੋਲਿਆਂ ਦਾ ਫਰਕ ਹੁੰਦਾ ਇੱਧਰ, ਅਤੇ ਉਹ ਬਰੀਕ ਛੋਲੇ ਵਧੀਆ ਮੰਨੇ ਜਾਂਦੇ ਨੇ ਰਾਜਸਥਾਨ ਵਾਲੇ।
ਤੇ ਆ ਬਰੀਕ ਛੋਲੇ ਲੈ ਕੇ ਤੜਕੇ ਭੌਂਕੇ ਫਿਰ ਕਈ ਵਾਰ ਨਿਰਣੇ ਕਾਲ ਜੇ ਛੇਤੀ ਨਿਕਲਣਾ ਪੈ ਜਾਂਦਾ ਦੋ ਦੋ ਮੁੱਠੀਆਂ ਖਾ ਲੀਆਂ ਆਧਾਰ ਜਾ ਹੋ ਜਾਂਦਾ ਨਿਰਣੇ ਕਾਲ ਜੇ ਨਾਲੋਂ ਤੇ ਚਲੋ ਪਹੁੰਚੀਏ ਪਹਿਲਾਂ ਹੁਣ ਅਸੀਂ ਛੇਤੀ ਛੇਤੀ ਟਾਈਮ ਹੋ ਜਾਂਦਾ ਜ਼ਿਆਦਾ ਭੋਰਾ ਇੱਥੇ ਵੀ ਜੇ ਹਨੇਰੀ ਚੱਲ ਪਈ ਜਾਂ ਤੂਫਾਨ ਚੱਲ ਪਿਆ ਜਿਹੜੇ ਪੈੜਾਂ ਦੇ ਉੱਤੇ ਆਪਾਂ ਆਏ ਹਾਂ ਅਤੇ ਇਹ ਪੈੜਾਂ ਮਿਟ ਗਈਆਂ ਤਾਂ ਵਾਪਸ ਮੁੜਨ ਵਾਲਾ ਕੰਮ ਬੜਾ ਔਖਾ ਕਿਉਂਕਿ ਨਾ ਤਾਂ ਇੱਥੋਂ ਕੋਈ ਨੈਵੀਗੇਸ਼ਨ ਲੱਗਦੀ ਆ ਵੀ ਕਿੱਧਰ ਨੂੰ ਜਾਣਾ ਕਿਉਂਕਿ ਜਦੋਂ ਤੁਹਾਡੇ ਆਲੇ ਦੁਆਲੇ ਸਾਰਾ ਕੁਝ ਸੇਮ ਸੇਮ ਹੀ ਆ ਤਾਂ ਜਿੱਧਰ ਮਰਜ਼ੀ ਮੁੜੀ ਜਾਓ ਅਤੇ ਨਾ ਇੱਥੇ ਮੋਟਰਸਾਈਕਲ ਚੱਲੇ ਇੰਨਾ ਕੁ ਮਤਲਬ ਰੇਤਾ ਇਹ ਤਿਲਕਵਾਂ ਅਤੇ ਬਾਬਾ ਸੁੱਖ ਰੱਖੇ ਮੀਂਹ ਭਲਾਂ ਦੀ ਪੈ ਜੇ ਹਨੇਰੀ ਨਾ ਚੱਲੇ ਕਿਉਂਕਿ ਜੇ ਹਨੇਰੀ ਚੱਲ ਪਈ ਤਾਂ ਜਿਵੇਂ ਬੁੱਕ ਭਰ ਭਰ ਰੇਤਾ ਪਾਇਆ ਹੁੰਦਾ ਐਂ ਹੋ ਜਾਣਾ ਕੰਮ ਜਿਵੇਂ ਛੋਟੇ ਹੁੰਦੇ ਇੱਕ ਦੂਜੇ ਦੇ ਪਾਉਂਦੇ ਰਹਿੰਦੇ ਸੀ ਗੁਰਦੁਆਰਾ ਸਾਹਿਬ ਜੋ ਨਾਨਕ ਢਿੱਲਾ ਸਾਹਿਬ ਗੁਰਦੁਆਰਾ ਸਾਹਿਬ ਆ ਇਹ ਗੁਰਦੁਆਰਾ ਸਾਹਿਬ ਰੇਗਿਸਤਾਨ ਦੇ ਵਿੱਚੋਂ ਵਿੱਚ ਬਣਿਆ ਹੋਇਆ ਅਤੇ ਇੱਥੋਂ ਤੱਕ ਕਿ ਇਹਨੂੰ ਕੋਈ ਸੜਕ ਵੀ ਨਹੀਂ ਜਾਂਦੀ ਆ ਜਿੰਨੀਆਂ ਕੁ ਪੈੜਾਂ ਨੇ ਆਪਾਂ ਇਹੀ ਫੋਲੋ ਕਰਕੇ ਜਾ ਰਹੇ ਹਾਂ ਰਾਹ ਆ ਗਏ ਇੱਕ ਸੱਜੇ ਪਾਸੇ ਨੇ ਖੱਬੇ ਪਾਸੇ ਨੂੰ ਪਰ ਸਾਹਮਣੇ ਨਿਸ਼ਾਨ ਸਾਹਿਬ ਆਪਾਂ ਨੂੰ ਦੇਖ ਗਿਆ ਅਤੇ ਨਿਸ਼ਾਨ ਸਾਹਿਬ ਦੇਖ ਗਿਆ ਤਾਂ ਨਿਸ਼ਾਨ ਸਾਹਿਬ ਤੋਂ ਹੀ ਪਤਾ ਲੱਗ ਜਾਂਦਾ ਭਾਈ ਇੱਧਰ ਗੁਰੂ ਦਾ ਘਰ ਆ ਅਤੇ ਬਸ ਹੁਣ ਆਪਾਂ ਪਹੁੰਚ ਜਾਣਾ ਉਸੇ ਨਿਸ਼ਾਨ ਸਾਹਿਬ ਦੀ ਸੀਧ ਦੇ ਵਿੱਚ ਕਿਤੋਂ ਨਾ ਕਿਤੋਂ ਰਾਹ ਕੱਢ ਕੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਨਾਨਕ ਢਿੱਲਾ ਸਾਹਿਬ ਦੇ 100 ਕੁ ਮੀਟਰ ਰਹਿ ਗਿਆ ਅਤੇ 6 ਕਿਲੋਮੀਟਰ ਸੀ ਟੋਟਲ ਠੀਕ ਆ ਜੀ ਦੇਖ ਸਕਦੇ ਹੋ ਤੁਸੀਂ ਵਿੱਚੋਂ ਵਿੱਚ ਰੇਗਿਸਤਾਨ ਦੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਆਲੇ ਦੁਆਲੇ ਕੋਈ ਵੀ ਵਸੋਂ ਨਹੀਂ ਹੈਗੀ ਸੁੰਨਸਾਨ ਇਲਾਕਾ ਕੋਈ ਵੀ ਲੋਕਾਂ ਦੇ ਘਰ ਨਹੀਂ ਹੈਗੇ ਜੀ ਇੱਥੇ ਅਤੇ ਬਿਲਕੁਲ ਰੇਗਿਸਤਾਨ ਦੇ ਵਿੱਚੋਂ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਅਤੇ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੈਂਸ 'ਤੇ ਆਪਾਂ ਆ ਗਏ ਹਾਂ ਜੀ ਗੁਰਦੁਆਰਾ ਨਾਨਕ ਢਿੱਲਾ ਸਾਹਿਬ ਬਾਬਾ ਜੀ ਸਤਿ ਸ਼੍ਰੀ ਅਕਾਲ ਅਤੇ ਹੁਣ ਰਹਿਰਾ ਸਾਹਿਬ ਦਾ ਪਾਠ ਚੱਲਦਾ ਜੀ ਸਾਹਮਣੇ ਇਤਿਹਾਸ ਦਾ ਬੋਰਡ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਅਤੇ ਇਤਿਹਾਸ ਨਾਲ ਵੀ ਸਾਂਝ ਪਾਉਣੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਪਹੁੰਚੇ ਹੋਏ ਜੀ ਗੁਰਦੁਆਰਾ ਨਾਨਕ ਢਿੱਲਾ ਸਾਹਿਬ ਰਾਜਸਥਾਨ ਦੇ ਵਿੱਚ ਸਫ਼ਰ ਤੁਹਾਨੂੰ ਸਾਰਾ ਆਪਾਂ ਦਿਖਾਇਆ ਅਤੇ ਜਿੱਥੋਂ ਦੀ ਆਪਾਂ ਮੋਟਰਸਾਈਕਲ ਲੈ ਕੇ ਆਏ ਹਾਂ ਰੇਗਿਸਤਾਨ ਦੇ ਵਿੱਚੋਂ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਦੂਸਰੀ ਉਦਾਸੀ ਵੇਲੇ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ ਅਤੇ ਇੱਥੇ ਗੁਰੂ ਨਾਨਕ ਦੇਵ ਜੀ ਨੇ ਉੱਚਾ ਮਤਲਬ ਟਿੱਲਾ ਦੇਖ ਕੇ ਇਸ ਜਗ੍ਹਾ ਦੇ ਉੱਤੇ ਬਿਰਾਜਮਾਨ ਹੋਏ ਸੀ ਅਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਉੱਚਾ ਟਿੱਲਾ ਦੇਖ ਕੇ ਜੇ ਉੱਚਾ ਟਿੱਬਾ ਦੇਖ ਕੇ ਇਸ ਜਗ੍ਹਾ ਦੇ ਉੱਤੇ ਆਪਣਾ ਡੇਰਾ ਲਾਇਆ ਸੀ ਅਤੇ ਇੱਥੇ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਜੀ ਸਕਰੀਨਸ਼ਾਟ ਲੈ ਕੇ ਹੀ ਪੜ੍ਹ ਸਕਦੇ ਹੋ ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਆਏ ਨੇ ਤਾਂ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਦੇ ਭਾਈ ਭਾਈ ਬਾਲਾ ਜੀ ਵੀ ਹੁੰਦੇ ਸੀ ਠੀਕ ਆ ਜੀ ਤਾਂ ਇੱਥੇ ਜੋਗੀ ਰਹਿੰਦੇ ਹੁੰਦੇ ਸੀ ਜੋ ਗੁਰੂ ਜੀ ਦੇ ਨਾਲ ਚਰਚਾ ਕਰਨ ਲੱਗੇ ਯੋਗ ਅਭਿਆਸ ਬਾਰੇ ਗੱਲਾਂ ਕਰਨ ਲੱਗੇ ਸੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਕਿਹਾ ਸੀ ਤਾਂ ਬਾਅਦ ਵਿੱਚ ਉਹ ਗੁਰੂ ਸਾਹਿਬ ਜੀ ਤੋਂ ਖਾਰ ਖਾਣ ਲੱਗੇ ਸੀ ਇਸ ਚੀਜ਼ ਨੂੰ ਲੈ ਕੇ ਅਤੇ ਤਾਂ ਉਸ ਤੋਂ ਬਾਅਦ ਇੱਕ ਭਾਈ ਲੱਖੀ ਵੰਜਾਰਾ ਜੀ ਹੋਏ ਨੇ ਜਿਨ੍ਹਾਂ ਨੂੰ ਕਿ ਕਾਫੀ ਸਾਰੀ ਸੰਗਤ ਜਾਣਦੀ ਹੈ ਕਿ ਉਹ ਬਲਦਾਂ ਦੇ ਬਹੁਤ ਵੱਡੇ ਵਪਾਰੀ ਹੁੰਦੇ ਸੀ ਪੰਜਾਬ ਦੇ ਵਿੱਚ ਤਾਂ ਉਹ ਜਦੋਂ ਆਪਣੇ ਬਲਦ ਲੈ ਕੇ ਇਸ ਧਰਤੀ ਦੇ ਉੱਤੇ ਆਉਂਦੇ ਨੇ ਤਾਂ ਉਹਨਾਂ ਦੇ ਬਲਦਾਂ ਨੂੰ ਪਿਆਸ ਲੱਗਦੀ ਹੈ ਉਹ ਜੋਗੀਆਂ ਕੋਲ ਚਲੇ ਜਾਂਦੇ ਨੇ ਜੋਗੀਆਂ ਕੋਲੋਂ ਪਾਣੀ ਦੀ ਮੰਗ ਕਰਦੇ ਨੇ ਜੋਗੀਆਂ ਨੇ ਮਤਲਬ ਉਹਨਾਂ ਨੂੰ ਬਾਬੇ ਨਾਨਕ ਜੀ ਕੋਲ ਭੇਜ ਦਿੰਦੇ ਨੇ ਕਿ ਉਹਨਾਂ ਕੋਲ ਜਾਓ ਉਹ ਤੁਹਾਨੂੰ ਪਾਣੀ ਦਾ ਪ੍ਰਬੰਧ ਕਰਕੇ ਦੇਣਗੇ ਤਾਂ ਉਹਨਾਂ ਨੂੰ ਜੋਗੀਆਂ ਨੂੰ ਸੀ ਕਿ ਬਾਬੇ ਨਾਨਕ ਜੀ ਕੋਲੋਂ ਪਾਣੀ ਦਾ ਪ੍ਰਬੰਧ ਨਹੀਂ ਹੋਣਾ ਤਾਂ ਬਾਅਦ ਦੇ ਵਿੱਚ ਉਹ ਉਹਨਾਂ ਦਾ ਮਜ਼ਾਕ ਬਣਾਉਣਗੇ ਅਤੇ ਪਰ ਜਦੋਂ ਜੋਗੀ ਭਾਈ ਲੱਖੀ ਸ਼ਾਹ ਵੰਜਾਰੇ ਨੂੰ ਗੁਰੂ ਨਾਨਕ ਦੇਵ ਜੀ ਦੇ ਕੋਲ ਭੇਜ ਦਿੰਦੇ ਨੇ ਤਾਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਕਿ ਸਾਹਮਣੇ ਇੱਕ ਸੁੱਕਾ ਤਲਾਬ ਆ ਜੀ ਗੜਬੇ ਦੇ ਨਾਲ ਉਹਦੇ ਵਿੱਚ ਟੋਆ ਪੱਟ ਕੇ ਆਪਣੇ ਗੜਬੇ ਵਾਲਾ ਜਲ ਉਹਦੇ ਵਿੱਚ ਪਾ ਦਿਓ ਅਤੇ ਗੜਬੇ ਵਾਲਾ ਜਲ ਉਹਦੇ ਵਿੱਚ ਪਾ ਦਿਓ ਤਾਂ ਉਸ ਤੋਂ ਬਾਅਦ ਫਿਰ ਜਦੋਂ ਗੜਬੇ ਵਾਲਾ ਜਲ ਉਹਦੇ ਵਿੱਚ ਪਾ ਦਿੰਦੇ ਨੇ ਤਾਂ ਉੱਥੇ ਇੱਕ ਪਾਣੀ ਦਾ ਸੋਮਾ ਪ੍ਰਗਟ ਹੋ ਜਾਂਦਾ ਜੀ ਸਾਰੇ ਬਲਦ ਅਤੇ ਸਾਰੇ ਲੱਖੀ ਸ਼ਾਹ ਵੰਜਾਰਾ ਖੁਦ ਪਾਣੀ ਛੱਕਦੇ ਨੇ ਅਤੇ ਉੱਥੋਂ ਦੀ ਜਿਹੜੀ ਸੰਗਤ ਸੀ ਉਹ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਜੀ ਉੱਥੋਂ ਦੇ ਜੋਗੀ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਤਾਂ ਉੱਥੋਂ ਦੀ ਸੰਗਤ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੀ ਆ ਕਿ ਤੁਸੀਂ ਕਿਹੜੇ ਦੇਸ਼ ਤੋਂ ਆਏ ਹੋ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਪੰਜਾਬ ਤੋਂ ਆਏ ਹਾਂ ਜੀ ਤਾਂ ਉਹ ਸੰਗਤ ਕਹਿੰਦੀ ਵੀ ਉਹ ਪੰਜਾਬ ਜਿੱਥੇ ਕਣਕ ਦੀ ਫਸਲ ਹੁੰਦੀ ਆ
तां गुरु नानक देव जी हस के कहन लगे इस जगह ते भी अगे तो कणक की फसल होया करूगी। तो यह गुरु नानक देव जी ने वर दिता सी इत्थे दूसरी उदासी वेले आए थे, तो उस तो बाद गुरु नानक देव जी ने अगे चाले पा दिते सी। यह है जी इतों का इतिहास। हम गुरुद्वारा साहब सू आप अंदर जाके दर्शन करवा दें जी। ले राज करेगा खालसा या की रहे ना कोई, पार होए सब मिलेंगे बचे शरण जो होए। जहाज है चढ़े सो उतरे पार, जो शरदा कर सेम दे गुर पार उतारन हार। गुरद्वारा साहब जिहड़ा कि उपर बहुत उचाई दे उत्ते बनया होया एक टिले दे उत्ते, ठीक है जी। इत्थों व्यू कंधा बहुत उच्चिया उच्चिया ने, क्योंकि जदों फिर हवा चलती है तेज तां रेता उड्डण तो बचाउण वास्ते कीतियां होईयां ने। मैं तुहानूं इत्थों एक बार व्यू दिखा दिंदा, एवें दा व्यू है जी। आ सारे गुरद्वारा साहब के बाहर सामने निशान साहब, तो उधरों सूरज हैगा डुब रहा जी। तो टाइम हो गया जी 7 के करीब, तो 7 बजे आप इतों चल पाँगे, क्योंकि उदू बाद फिर नेरा होने का भी थोड़ा जा रिस्क रहा। तो बाबा जी इतें रेंदे ने पाठी सिंह, तो जी गड्डी आई सी जिदे पिछे पिछे आप आए हैं वह गड्डी सुहावा साहब गुरुद्वारे तो आई सी, तो इतने प्रशादा देकर जाती है जी पाठी सिंह। तो बस यह इतिहास इतों का कि गुरु नानक देव जी महाराज जी ने रेगिस्तान के लखी शाह बंजारे के बलदा नूं पानी पिलाउण वास्ते जल का सोमा प्रगट किया। यह है जी इतों का इतिहास, ठीक है जी। तो हुण आपां चलदे हां जी अगे। तो पिछोने सानूं आपां गुरद्वारा टिल्ला साहिब के दर्शन करवाए ने जी। पिछे तुसीं गुरद्वारा नानक टिल्ला साहिब जी के दर्शन कर रहे हो, तो जिहड़ी संगत चैनल दे नाल नवीं जुड़ रही है जी वह चैनल नूं लाइक शेयर सबसक्राइब जरूर कर दिओ। नवीं वीडियो दे नाल कल फिर हाजिर होवांगे, तो अज बहुत थक गए हैं, तो हुण जाके असीं आराम करांगे। गुरद्वारा सुहावा साहिब दे विच ते सुहावा शहर दे विच पैंदा जी, तो उत्थे आपां सरां दे विच आराम करके तो कल नूं आपां चाले पावांगे जी पुष्कर वल नूं। पुष्कर का सफर जिहड़ा हैगा 300 किलोमीटर के करीब है, तो कल नूं आपां सारा तय करना जी। तो उत्थे जाके फिर तुहानूं पुष्कर के गुरद्वारा साहिब के दर्शन करवावांगे, तो सिटी बारे भी तुहानूं शहर बारे भी एक्सप्लोर करांगे, ठीक है जी। इह सी इत्थों दा इतिहास। तो संगत चैनल दे नाल जुड़े रहो, नवीं नवीं वीडियो हजूर साहब तक आपां जाणा जी, नवीं नवीं वीडियो आने की वे ने। तो हजूर साहब तो बाद आपां गुरद्वारा नानक चीरा साहब जावांगे, तो उपर की पूरे ऑल इंडिया का ट्रिप टूर कढ के आवांगे। तो किसी भी जगह के दर्शन करना चाहते हो तो सानूं जरूर कमेंट करके दस्सियो, ठीक है जी। यही सी इत्थों दा इतिहास, उहदा क्लिप लाओ। वाहिगुरू जी का खालसा वाहिगुरू जी की फतेह। इतों भी तुसीं गुरद्वारा साहब का व्यू देख सकते हो जी, काफ़ी उपर चढ़ाई पर चढ़ के बनया होया 12-13 पौड़ियां आपां चढ़ते हैं, तो सामने आले दुआले रेगिस्तानी रेगिस्तान, ठीक है जी। स्क्रीनशॉट इतिहास का लैके भी तुम पढ़ सकते हो, इधर हिंदी के लिखा हुआ जी, संगत हिंदी जानती है भाई वो हिंदी के भी इतिहास में स्क्रीनशॉट लैके पढ़ सकती है, ठीक है जी। तो गुरद्वारा साहब का नाम है जी गुरु नानक टिल्ला साहिब, हिंदी के इतिहास लिखा हुआ जी। ये इतों स्क्रीनशॉट लैके पढ़ सकते हो। यह जी आले दुआले का माहौल, हवा तो बहुत सोहनी चलती है इतने, जे बाहर बंदा मंजा मुंजा डाके पै जी वधिया हवा आऊगी वधिया नींद आऊगी, पर रौला यह है कि इतने रेता उड़ता थोड़ा थोड़ा, ता करके
ठीक है जी, हुण आपां चलदे हां जी गुरुद्वारा साहब दे, ते वीडियो रिकॉर्ड करदे आपां समाप्ति इत्थे।